ਬਹੁਤ ਹੀ ਪਿਆਰਾ ਪੜ੍ਹਨ ਵਾਲੇ ਜ਼ਕਰਿਆ ਦੇ ਬੈਤ ਪੀਰ ਸੱਯਦ ਅਰਸ਼ਦ ਅਬਾਸ ਸ਼ਰਾਜ਼ੀ ਸਾਹਿਬ, ਇਹਨਾਂ ਅੱਗੇ ਅਪੀਲ ਕਰਾਂਗਾ ਕਿ ਇਹ ਜ਼ਿਕਰ ਮੁਹੰਮਦ ਵਾਲੇ ਮੁਹੰਮਦ ਬਿਆਨ ਫਰਮਾਉਣ। ਜਿਹੜੇ ਮੋਮਿਨੀਨ ਬਾਹਰ ਨੇ ਉਹਨਾਂ ਅੱਗੇ ਅਪੀਲ ਹੈ ਕਿ ਉਹ ਬਾਰਗਾਹ ਦੇ ਅੰਦਰ ਤਸ਼ਰੀਫ ਲੈਵਣ। ਸਲਵਾਤ ਉੱਚੇ ਆਵਾਜ਼ ਨਾਲ ਪੜ੍ਹੋ ਜੀ। ਦੁਆਏ ਜ਼ਹੂਰੇ ਇਮਾਮ ਜ਼ਮਾਂ, ਅੱਲਾਹੁਮਾ ਕੁੱਲ ਵਲੀਏ ਕਲ ਹੁਜਤ ਇਬਨ ਅਲ ਹਸਨ ਸਲਵਾਤੁਕਾ ਅਲੈਹਿ ਵਲਾ ਅਬਾਈ ਫੀ ਹਾਜ਼ਿਰ ਸਾ ਵਫੀ ਕੁੱਲ ਸਾ ਵਲੀਯਮ ਵਹਾਫਿਜ਼ਮ ਵਕਾਇਦਮ ਵਨਾ ਉਸਰਾ ਵਦਲੀਲਮ ਵਾਇਨਾ ਹੱਤਾ ਤੁਸਖਿਨਹੂ ਅਰਜ਼ਕਾ ਤੌਮ ਵਤਮੱਤਿਅਹੁ ਫੀਹਾ ਤਵੀਲਾ। ਰੱਬ ਸੱਲੇ ਅਲਾ ਮੁਹੰਮਦ ਵਾਲ ਮੁਹੰਮਦ ਵਾ ਅਜਲ ਫਰਜਾ ਆਲ ਮੁਹੰਮਦ ਸਲਵਾ। ਮੁਖਤਸਰ ਹਾਜ਼ਰੀ ਹੈ, ਤੁਸੀਂ ਵੀ ਇੱਥੇ ਆਓ ਨਾ ਕਦੇ, ਲੱਕ ਸਾਹਿਬ ਇੱਥੇ ਆਓ, ਸ਼ਰਾਜ਼ੀ ਸਾਹਿਬ ਨੂੰ ਬੈਠੇ ਰਹਿਣ ਦਿਓ, ਬਜ਼ੁਰਗ ਆਦਮੀ ਨੂੰ ਥੋੜ੍ਹਾ ਥੋੜ੍ਹਾ ਅੱਗੇ ਆਓ ਨਾ, ਮਾਓ ਸ਼ੇਰੀ ਸ਼ਾਹ ਅੱਗੇ ਆਓ, ਆਓ ਫਾਜ਼ੁਲਫਕਾਰ ਸ਼ੀ ਅੱਗੇ ਆਓ, ਅੱਗੇ ਆਓ। ਬਹੁਤ ਮੁਖਤਸਰ ਟਾਈਮ ਹੈ, ਮੈਂ ਜ਼ਿਆਦਾ ਦੇਰ ਪੜ੍ਹਨਾ ਹੀ ਨਹੀਂ। ਬਾਬਾ ਦੇ ਬੁਲੰਦ ਸਲਾਵਾ। ਬਿਸਮਿਲਲਾਹਿਰਰਹਿਮਾਨਿਰਰਹੀਮ। ਜ਼ਿਕਰੋ ਅਲੀਯਨ ਇਬਾਦਾ, ਗੱਲ ਸ਼ੁਰੂ ਹੋ ਗਈ। ਲਖਮ ਦਿਨ ਉਸ ਖਾਲ ਕੇ ਬੇਨਿਆਜ਼ ਦੇ ਜਿਸ ਜ਼ਾਤ ਵਾਜਿਬ ਨੇ, ਬਾਬਾ ਜੀ ਸਾਡੇ ਜੈਸੇ ਖੁਸ਼ ਨਸੀਬ ਬੰਦਿਆਂ ਨੂੰ ਅਲੀ ਜੈਸਾ ਕਰੀਮ ਇਮਾਮ ਅਤਾ ਕੀਤਾ। ਕਰੋੜਾਂ ਸਲਾਮ ਉਸ ਰਸੂਲ 'ਤੇ ਜਿਸ ਰਸੂਲ ਨੇ ਦੁਸ਼ਮਣਾਂ ਦੇ ਹਜੂਮ ਵਿੱਚ ਅਲੀ ਅਲੈ ਸਲਾਮ ਦਾ ਬਾਜ਼ੂ ਬੁਲੰਦ ਕਰਕੇ ਸਾਡੀ ਨਜਾਤ ਦਾ ਰਸਤਾ ਆਸਾਨ ਕੀਤਾ। ਦੁਆ ਹੈ ਉਸ ਮਖਦੂਮਾਂ ਦੀ ਬਾਰਗਾਹ 'ਚ ਜਾਂਦਾ ਬਾਬਾ ਮੁਹੰਮਦ ਏ ਸ਼ੌਰ ਅਲੀ ਏ, ਜਿਹਦੇ ਯਾਰਾਂ ਪੋਤਰੇ ਮਾਮਿਨ, ਜਿਨ੍ਹਾਂ ਦਾ ਕੌਲ ਹਿੱਕ ਏ, ਫੇਲ ਹਿੱਕ ਏ, ਕਿਰਦਾਰ ਹਿੱਕ ਏ, ਗੁਫਤਾਰ ਹਿੱਕ ਏ, ਚੌਦਾਂ ਦਾ ਨੂਰ ਹਿੱਕ ਏ। ਗੱਲ ਮੈਂ ਸ਼ੁਰੂ ਕਰ ਦਿੱਤੀ ਏ, ਸਲਵਾਤ ਇੰਜ ਪੜੋ ਕੇ ਪੜਨ ਦਾ ਦਿਲ ਲੱਗ ਏ। ਮੈਂ ਬਿਲਕੁਲ ਲੰਬਾ ਨਹੀਂ ਕਰਨਾ, ਹਿੱਕ ਮੈਂ ਫਰਮਾਨੇ ਮਾਸੂਮ ਪੜ੍ਹਨਾ ਅਤੇ ਦੋ ਜੁਮਲੇ ਮੁਸਾਹਿਬ ਦੇ ਪੜ੍ਹਨੇ ਨੇ। ਇਸ ਤੋਂ ਜ਼ਿਆਦਾ ਮੇਰੀ ਔਕਾਤ ਹੀ ਨਹੀਂ, ਕਿਉਂਕਿ ਮੈਂ ਆਪਣੇ ਟਾਈਮ ਤੋਂ ਬਿਲਕੁਲ ਬਾਬਾ ਜੀ ਸ਼ਰਾਜ਼ੀ ਸਾਹਿਬ ਮੈਂ ਤਜਾਵਜ਼ ਨਹੀਂ ਕਰਨਾ। ਫਰਮਾਨੇ ਮਾਸੂਮ ਪੜ੍ਹਨਾ ਹੈ ਔਰ ਮੇਰਾ ਹੱਕ ਬਣਦਾ ਹੈ, ਕਿਉਂਕਿ ਮੈਂ ਹੁਣ ਬਜ਼ੁਰਗ ਹੋ ਗਿਆ ਕਿ ਆਪਣੀ ਕੋਈ ਗੱਲ ਤੁਹਾਡੇ ਤੱਕ ਪਹੁੰਚਾ ਸਕਾਂ। ਇਹ ਦੁਨੀਆ ਜ਼ਾਕਿਰ ਸਾਹਿਬ, ਇਹ ਦੁਨੀਆ ਜਿਹੜੀ ਦੁਨੀਆ 'ਚ ਅਸਾਂ ਗੁਜ਼ਾਰਦੇ ਪਏ ਹਾਂ ਜ਼ਿੰਦਗੀ, ਜਿਹੜੀ ਦੁਨੀਆ ਨੂੰ ਬਾਬਾ ਜ਼ੁਲਫਕਾਰ ਸ਼ਾਹ ਜੀ ਅਸੀਂ ਰਹਿਣ ਦੀ ਮੁਸਤਕਿਲ ਜਗ੍ਹਾ ਸਮਝਦੇ ਹਾਂ, ਜੱਕੂ ਹਾਸਲ ਕਰਨ ਦੀ ਕੋਸ਼ਿਸ਼ 'ਚ ਇਨਸਾਨ। ਸਲਵਾਤ ਸਾਰੇ ਹਜ਼ਰਾਤ ਮਿਲ ਕੇ ਪੜ੍ਹ ਲਓ, ਪੜ੍ਹਨ ਦਿਓ, ਪੜ੍ਹਨ ਦਿਓ, ਸਲਵਾਤ ਬੁਲੰਦ ਆਵਾਜ਼ ਦੇ ਨਾਲ ਪੜ੍ਹ ਲਓ। ਇਹ ਦੁਨੀਆ ਉਹਨਾਂ ਦੀ ਆਪਣੀ ਮੰਜ਼ਿਲ ਹੈ, ਸਾਡੀ ਆਪਣੀ ਮੰਜ਼ਿਲ ਹੈ। ਇਹ ਦੁਨੀਆ ਜਿਹੜੀ ਦੁਨੀਆ 'ਚ ਅਸਾਂ ਗੁਜ਼ਾਰਦੇ ਪਏ ਹਾਂ ਜ਼ਿੰਦਗੀ, ਜਿਹੜੀ ਦੁਨੀਆ ਨੂੰ ਅਸਾਂ ਰਹਿਣ ਦੀ ਮੁਸਤਕਿਲ ਜਗ੍ਹਾ ਸਮਝਦੇ ਹਾਂ, ਜੇਕੂ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਇਨਸਾਨ ਹਲਾਲੋ ਹਰਾਮ ਦੀ ਤਮੀਜ਼ ਤੋਂ ਬੇਖਬਰ ਹੈ। ਮੇਰੇ ਸਮੇਤ ਹਰ ਬੰਦਾ ਇਸ ਦੁਨੀਆ ਦੀਆਂ ਆਸਾਇਸ਼ਾਂ ਤੇਰਾ ਨਾਈਆਂ ਹਾਸਲ ਕਰਨ ਦੀ ਹਰ ਮੁਮਕਿਨ ਕਰਨ ਦਾ ਇੱਕ ਕੋਸ਼ਿਸ਼, ਇਸ ਦੁਨੀਆ ਦੀਆਂ ਹੌਲਨਾਕੀਆਂ ਅਤੇ ਤਬਾਹਕਾਰੀਆਂ ਤੋਂ ਅਮੀਰ ਅਲ ਮੋਮਿਨੀਨ ਮਿੰਬਰ ਏ ਸਲੂਨੀ ਦੇ ਮਸਨਨ ਨਸ਼ੀਨ ਉਸਤਾਦ ਰੂਲ ਲਮੀਨ ਦਸਤੇ ਖੁਦਾ ਨਬੀਆਂ ਦੇ ਮੁਸ਼ਕਲ ਕੁਸ਼ਾ ਅਲੀ ਅਲੈ ਸਲਾਮ ਨੇ ਸਾਕੂ ਕੀਤਾ ਏ ਆਗਾਹ। ਤਵੱਜੋ ਫਰਮਾ ਮੋਹਤਰਮ ਇਫਤਖਾਰ ਸ਼ਾਹ ਜੀ, ਮੌਲਾ ਤੁਹਾਨੂੰ ਸਿਹਤ ਤੋਂ ਸਲਾਮਤੀ ਅਤਾ ਫਰਮਾਏ। ਇਹਦੀਆਂ ਹੌਲਨਾਕੀਆਂ ਅਤੇ ਤਬਾਹਕਾਰੀਆਂ ਤੋਂ ਸਾਡੇ ਮੌਲਾ ਸਾਕੂ ਕੀਤਾ ਏ ਆਗਾਹ। ਅਮੀਰ ਅਲ ਮੋਮਿਨੀਨ ਫਰਮਾਇੰਦੇ ਨੇ, ਖਬਰਦਾਰ
ਇਸ ਜ਼ਮੀਨ 'ਤੇ ਰਹਿਣ ਵਾਲਾ ਇਨਸਾਨ ਇਹ ਦੁਨੀਆ ਬਲਾਵਾਂ 'ਚ ਘਿਰਿਆ ਹੋਇਆ ਘਰ ਹੈ, ਇਹ ਦੁਨੀਆ ਜ਼ਿੰਦਾਨ ਹੈ, ਮੌਤ ਇਸ ਜ਼ਿੰਦਾਨ ਤੋਂ ਰਿਹਾਈ ਦਾ ਨਾਂ ਹੈ। ਇਹ ਦੁਨੀਆ ਫਰੇਬਕਾਰੀਆਂ ਅਤੇ ਧੋਖੇਬਾਜ਼ੀਆਂ 'ਚ ਰੱਖਦੀ ਹੈ ਸ਼ੋਹਰਤ। ਜਿਹੜੇ ਬੰਦੇ ਇਸ ਦੁਨੀਆ ਦੇ ਨਾਲ ਕੀਤੀ ਹੈ ਮੁਹੱਬਤ, ਉਹ ਟੁਰ ਗਿਆ ਖਸਾਰੇ 'ਚ, ਘਾਟੇ 'ਚ, ਨੁਕਸਾਨ 'ਚ। ਮੈਂ ਅਲੀ ਇਸ ਦੁਨੀਆ ਨੂੰ 3 ਤਲਾਕਾਂ ਦਿੱਤੀਆਂ ਨੇ। ਥੋੜ੍ਹਾ ਥੋੜ੍ਹਾ ਮੇਰੇ ਨਾਲ ਬੋਲੋ ਅਤੇ ਇਸ ਗੱਲ 'ਤੇ ਨਾਰਾ ਮਾਰਨਾ, ਮੌਲਾ ਤੇਰੀ ਜ਼ਬਾਨ ਵਿੱਚ ਹੋਰ ਤਸੀਰ ਅਤਾ ਫਰਮਾਏ। ਮੈਂ ਇਸ ਦੁਨੀਆ ਨੂੰ 3 ਤਲਾਕਾਂ ਦਿੱਤੀਆਂ ਅਤੇ ਸ਼ਰਾਜ਼ੀ ਸਾਹਿਬ ਤਲਾਕ ਉੱਕੂ ਦਿੱਤੀ ਵੈਂਦੀ ਏ ਜਿਹੜੀ ਰੱਖਣ ਦੇ ਕਾਬਲ ਨਾ ਹੋਵੇ। ਤਲਾਕ ਉੱਕੂ ਦਿੱਤੀ ਵੈਂਦੀ ਏ ਜਿਹੜੀ ਰੱਖਣ ਦੇ ਕਾਬਲ ਨਾ ਹੋਵੇ। ਅਮੀਰ ਅਲ ਮੋਮਿਨੀਨ ਇੱਕ ਵਾਰੀ ਨਹੀਂ ਕਈ ਵਾਰੀ ਇਸ ਦੁਨੀਆ ਤੋਂ ਇਜ਼ਹਾਰ ਬੇਜ਼ਾਰੀ ਕੀਤਾ ਏ। ਇੱਕ ਦਿਨ ਅਮੀਰ ਅਲ ਮੋਮਿਨੀਨ ਆਜ਼ਮ ਸਫ਼ਰ ਹੋਏ, ਥੋੜ੍ਹਾ ਜਿਹਾ ਤੁਸੀਂ ਪਰੇਸ਼ਾਨ ਬੈਠੇ ਹੋ, ਸਲਵਾਤ ਮਿਲ ਕੇ ਪੜ੍ਹੋ ਅਤੇ ਬਾਵਾ ਦੇ ਬੁਲੰਦ ਪੜ੍ਹੋ। ਹੁਣ ਪੜ੍ਹੀਏ ਬਾਬਾ ਅਬਦ ਸ਼ਰਾਜ਼ੀ ਜੀ। ਇੱਕ ਨਹੀਂ ਅਮੀਰ ਅਲ ਮੋਮਿਨੀਨ ਆਜ਼ਮ ਸਫ਼ਰ ਹੋਏ ਮਦੀਨੇ ਤੋਂ ਕੂਫੇ ਦੇ ਪਾਸੇ, ਪਿੱਛੇ ਅਸਹਾਬੇ ਅਲੀ ਟੁਰੇ ਦੌਰਾਨ ਸਫ਼ਰ। ਇੱਕ ਮਕਾਮ 'ਤੇ ਸੁਹਾਬੇ ਅਲੀ ਰੁਕੇ ਅਤੇ ਦੇਖਣਾ ਸ਼ੁਰੂ ਕੀਤਾ ਏ ਅਰਸ਼ੇ ਉਲਾ ਤੋਂ ਲੈ ਕੇ ਤੈ ਤੋਂ ਸਰਾ ਤੱਕ ਕਾਇਨਾਤ ਦੇ ਜ਼ਰੇ ਜ਼ਰੇ 'ਤੇ ਤਸਰਫ ਰੱਖਣ ਵਾਲੇ ਅਮੀਰ ਅਲ ਮੋਮਿਨੀਨ ਇਹਨਾਂ ਕੋਲ ਪੁੱਛਿਆ ਏ ਮੇਰੇ ਅਸਹਾਬ ਰੁਕ ਕੇ ਕਿਉਂ, ਤੋ ਕਿਆ ਦੇਖਣਾ ਚਾਹੁੰਦੇ ਹੋ? ਅਸਹਾਬ ਅਰਜ਼ ਕੀਤੀ ਏ ਮੌਲਾ ਅਸੀਂ ਯਾਰ ਮੇਰੇ ਵੱਲ ਦੇਖੋ, ਮੇਰੇ ਵੱਲ ਦੇਖੋ, ਸਲਵਾਤ ਸਾਰੇ ਹਜ਼ਰਾਤ ਮਿਲ ਕੇ ਪੜ੍ਹ ਲਓ। ਅਸਲ ਗੱਲ ਪਤਾ ਕਿ ਮਜਲਸ ਦਾ ਥੋੜ੍ਹਾ ਜਿਹਾ ਤੁਸੀਂ ਮਾਹੌਲ ਬਣਾ ਦਿਓ ਨਾ, ਮੈਂ ਤਾਂ ਮੁਕਾਉਣ ਲੱਗਾ। ਅਸਹਾਬੇ ਅਲੀ ਰੁਕਣ, ਮੌਲਾ ਪੁੱਛਿਆ ਮੇਰੇ ਅਸਹਾਬ ਰੁਕ ਕੇ ਕਿਉਂ, ਕਿਆ ਦੇਖਣਾ ਚਾਹੁੰਦੇ ਹੋ? ਅਰਜ਼ ਕੀਤੀ ਹੈ ਮੌਲਾ ਅਸਾਂ ਇਹ ਮੁਰਦਾ ਕੁੱਤਾ ਦੇਖ ਰਹੇ ਹਾਂ। ਮੌਲਾ ਫਰਮਾਇਆ ਮੇਰੇ ਅਸਹਾਬ ਯਾਦ ਰੱਖੋ, ਮੈਂ ਇਸ ਦੁਨੀਆ ਇਸ ਮੁਰਦਾ ਖਾਰਿਸ਼ ਦਦਾ ਕੁੱਤੇ ਤੋਂ ਬਦਤਰ ਸਮਝਦਾ। ਅਸਹਾਬੇ ਅਲੀ ਦੇ ਡਾਕਟਰ ਸਾਹਿਬ ਮੂੰਹ ਖੁੱਲ੍ਹੇ ਨੇ, ਇੱਕ ਸੁਹਾਬੀ ਅੱਗੇ ਵਧਿਆ ਅਰਜ਼ ਕੀਤੀ ਹੈ ਮੌਲਾ ਮੈਂ ਇੱਕ ਅਰਸਾ ਤੂੰ ਤੁਹਾਡਾ ਖਿਦਮਤ ਗੁਆਰ ਹਾਂ, ਹਲਕਾ ਬਗੋਸ਼ ਹਾਂ, ਨਾ ਲੈਣ ਬਰਦਾਰ ਹਾਂ। ਤੁਸੀਂ ਕਈ ਵਾਰੀ ਇਸ ਦੁਨੀਆ ਤੋਂ ਇਜ਼ਹਾਰ ਬੇਜ਼ਾਰੀ ਕੀਤਾ ਏ ਮੌਲਾ, ਇਸ ਦੁਨੀਆ 'ਤੇ ਤੁਹਾਨੂੰ ਕੋਈ ਸ਼ੈ ਪਸੰਦ ਏ? ਇਹਦੀ ਗੱਲ ਸੁਣ ਕੇ ਅਮੀਰ ਕਾਇਨਾਤ ਦੇ ਹੋਠਾਂ 'ਤੇ ਇਲਾਈ ਤਬੱਸਮ ਨਮੂਦਾਰ ਹੋਇਆ। ਫਰਮਾਇਆ ਹਾਂ ਇਸ ਦੁਨੀਆ 'ਤੇ ਮੈਂ ਕੁਛ 6 ਚੀਜ਼ਾਂ ਬਹੁਤ ਜ਼ਿਆਦਾ ਪਸੰਦ ਹਨ। ਮੌਲਾ ਇਰਸ਼ਾਦ ਫਰਮਾਓ ਉਹ ਕਿਹੜੀਆਂ 6 ਚੀਜ਼ਾਂ ਹਨ ਜਿਹੜੀਆਂ ਤੈਂ ਦੇ ਆਦਲ ਇਮਾਮ ਕੋ ਪਸੰਦ ਹਨ? ਮੌਲਾ ਅਜੀਬ ਗੁਫ਼ਤਗੂ ਸ਼ੁਰੂ ਕੀਤੀ ਹੈ। ਮੌਲਾ ਫਰਮਾਇਆ ਇਸ ਦੁਨੀਆ 'ਤੇ ਮੈਨੂੰ 2 ਕਦਮ, 2 ਘੁੱਟ, 2 ਕਤਰੇ ਬਹੁਤ ਜ਼ਿਆਦਾ ਪਸੰਦ ਹਨ। ਮੌਲਾ ਇਰਸ਼ਾਦ ਫਰਮਾਓ, ਮੌਲਾ ਫਰਮਾਏ ਪਹਿਲਾ ਕਦਮ ਮੈਂ ਅਲੀ ਕੂੰ ਉਹ ਪਸੰਦ ਹੈ ਜਿਹੜਾ ਅੱਲਾਹ ਦੀ ਇਬਾਦਤ ਕੀਤੇ ਉਠਾਇਆ ਵੈਂਦਾ। ਸਲਵਾਤ ਬਾਵਾ ਦੇ ਬੋਲਣ ਮੇਰੇ ਅਲ ਤਵਜੋ ਕਰਿਆ ਏ ਪਹਿਲਾ ਕਦਮ ਮੈਂ ਅਲੀ ਕੂੰ ਉਹ ਪਸੰਦ ਹੈ ਜਿਹੜਾ ਅੱਲਾਹ ਦੀ ਇਬਾਦਤ ਕੀਤੇ ਉਠਾਇਆ ਵੈਂਦਾ ਏ। ਦੂਜਾ ਕਦਮ ਮੈਂ ਅਲੀ ਕੂੰ ਉਹ ਪਸੰਦ ਹੈ ਜਿਹੜਾ ਕਹਿ ਰਿਸ਼ਤੇਦਾਰ ਦੋਸਤ ਅਬਾਬ ਦੀ ਮਦਦ ਕੀਤੇ ਉਠਾਇਆ ਵੈਂਦਾ ਏ। ਮੌਲਾ ਫਰਮਾਨ ਮੇਰੇ ਅਸਹਾਬ ਯਾਦ ਰੱਖੋ, ਅਗਰ ਕਹਿ ਬੰਦੇ ਤੁਹਾਨੂੰ ਮਦਦ ਕੀਤੇ ਦਿੱਤੀ ਏ ਆਵਾਜ਼ ਅਤੇ ਅੱਲਾਹ ਦਾ ਤੁਹਾਡੇ ਉੱਤੇ ਫਜ਼ਲ ਏ, ਉਹ ਮਦਦ ਕੀਤੇ ਤੁਹਾਨੂੰ ਮੁੰਤਖਿਬ ਕੀਤਾ ਏ, ਵਰਨਾ ਪੂਰੀ ਕਾਇਨਾਤ ਦੀ ਮਦਦ ਕਰਨ ਵਾਸਤੇ ਮੇਰਾ ਅੱਲਾਹ ਕਾਫੀ ਏ। ਬੜੀ ਮਿਹਰਬਾਨੀ। ਪਹਿਲਾ ਗੁੱਟ
ਮੈਂ ਅਲੀ ਕੋ ਉਹ ਪਸੰਦ ਹੈ ਜਿਹੜਾ ਗੁੱਸੇ 'ਤੇ ਕਾਬੂ ਪਾਉਣ ਵਾਸਤੇ ਪੀਤਾ ਵੈਂਦਾ ਹੈ। ਮੌਲਾ ਫਰਮਾਇੰਦੇ ਨੇ ਯਾਦ ਰੱਖੋ, ਗੁੱਸੇ 'ਚ ਇਨਸਾਨ ਅਤੇ ਪਾਗਲ ਉੱਠ ਬਰਾਬਰ ਹੁੰਦਾ ਹੈ। ਦੂਜਾ ਗੁੱਟ, ਮੈਂ ਅਲੀ ਕੋ ਉਹ ਪਸੰਦ ਹੈ ਜਿਹੜਾ ਕਾਇਮ ਮੁਸੀਬਤ ਦੇ ਆਵਣ 'ਤੇ ਸਬਰ ਕੀਤੇ ਪੀਤਾ ਵੈਂਦਾ ਹੈ। ਮੌਲਾ ਫਰਮਾਇਆ ਮੁਸੀਬਤ ਵਿੱਚ ਘਬਰਾਉਣਾ ਮੁਸੀਬਤ ਤੋਂ ਵੱਡੀ ਮੁਸੀਬਤ ਹੈ। ਤਵੱਜੋ ਫਰਮਾ ਰਿਹਾ, ਪਹਿਲਾ ਕਤਰਾ ਮੈਂ ਅਲੀ ਕੋ ਪਸੰਦ ਹੈ ਜਿਹੜਾ ਰਾਏ ਖੁਦਾ ਦੇ ਵਿੱਚ ਕਹਿ ਸ਼ਹੀਦ ਦੇ ਜਿਸਮ ਵਿੱਚੋਂ ਪਹਿਲਾ ਖੂਨ ਦਾ ਕਤਰਾ ਡਹਿੰਦਾ ਹੈ। ਹੁਣ ਤਵੱਜੋ ਫਰਮਾਣੀ ਹੈ, ਮੌਲਾ ਫਰਮਾਇੰਦੇ ਨੇ ਦੂਜਾ ਕਤਰਾ ਮੈਂ ਅਲੀ ਕੋ ਪਸੰਦ ਹੈ ਜਿਹੜਾ ਕਹਿ ਗੁਨਾਹਗਾਰ ਦੀ ਅੱਖ ਵਿੱਚੋਂ ਤੌਬਾ ਦੇ ਵੇਲੇ ਅਸਤਗਫਾਰ ਦੇ ਵੇਲੇ ਤੌਬਾ ਦੇ ਵੇਲੇ ਅਸਤਗਫਾਰ ਦੇ ਵੇਲੇ ਆਪਣੇ ਗੁਨਾਹਾਂ ਕੋ ਯਾਦ ਕਰਕੇ ਸ਼ਰਮਿੰਦਗੀ ਦੀ ਵਜ੍ਹਾ ਤੋਂ ਡਹਿੰਦਾ ਹੈ। ਮੋਮਿਨੀਨ ਇਹ ਨੇ ਫਰਮਾਨੇ ਮਾਸੂਮ ਜ਼ਾਕਰੀ, ਇਹ ਨਹੀਂ ਕਿ ਮੈਂ ਦੋ ਚਾਰ ਨਾਰੇ ਲਵਾਂ ਤੁਸੀਂ ਬੱਲੇ ਬੱਲੇ ਕਰੋ ਮੈਂ ਵੱਡਾ ਜ਼ਾਕਰ ਬਣਾ। ਅਸਤਗਫਾਰ ਤੌਬਾ ਦਾ ਮਕਾਮ ਹੈ। ਅਦਾਦਾਰਾ ਉਹਨੇ ਮਜ਼ਲੂਮ ਮੈਂ ਕਰਬਲਾ ਮੁਕਾ ਦਿੱਤਾ ਹੈ। ਇੱਕ ਕਤਰਾ ਅਮੀਰ ਅਲ ਮੋਮਿਨੀਨ ਕੋ ਬਹੁਤ ਜ਼ਿਆਦਾ ਪਸੰਦ ਹੈ ਜਿਹੜਾ ਕਹਿ ਗੁਨਾਹਗਾਰ ਦੀ ਅੱਖ ਵਿੱਚੋਂ ਆਪਣੇ ਗੁਨਾਹਾਂ ਨੂੰ ਯਾਦ ਕਰਕੇ ਸ਼ਰਮਿੰਦਗੀ ਦੀ ਵਜ੍ਹਾ ਤੋਂ ਡਹਿੰਦਾ ਹੈ। ਰੋਵਣ ਵਾਲਿਓ ਇੱਕ ਕਤਰਾ ਰਸੂਲ ਦੀ ਦੁੱਖੇ ਪਾਸੇ ਵਾਲੀ ਦੀਨ ਬਹੁਤ ਜ਼ਿਆਦਾ ਪਸੰਦ ਹੈ ਜਿਹੜਾ ਕਹਿ ਮੋਮਨ ਮਰਦ ਜਾਂ ਮਸਤੂਰ ਦੀ ਅੱਖ ਵਿੱਚ ਹੁਸੈਨ ਦਿਆਂ ਦੁੱਖਾਂ ਨੂੰ ਯਾਦ ਕਰਕੇ ਡਹਿੰਦਾ ਹੈ। ਇੱਕ ਕਤਰਾ ਰਸੂਲ ਦੀ ਦੁੱਖੇ ਦੀ ਪਾਸੇ ਵਾਲੀ ਦੀਨ ਬਹੁਤ ਜ਼ਿਆਦਾ ਪਸੰਦ ਹੈ ਜਿਹੜਾ ਕਹਿ ਮੋਮਨ ਮਰਦ ਜਾਂ ਮਸਤੂਰ ਦੀ ਅੱਖ ਵਿੱਚੋਂ ਹੁਸੈਨ ਦੀ ਗੁਰਬਤ ਨੂੰ ਯਾਦ ਕਰਕੇ ਡਹਿੰਦਾ ਹੈ। ਮੇਰਾ ਅਜ਼ੀਜ਼ ਪਿਆ ਪੜਦਾ ਹੁਸੈਨ ਅਲੈਹਿਸ ਸਲਾਮ ਦੀ ਸ਼ਹਾਦਤ ਦੇ ਜੁਮਲੇ, ਤ੍ਰੈ ਹਮਲੇ ਕੀਤੇ ਨੇ ਕਰੀਮੇ ਕਰਬਲਾ, ਤ੍ਰੈ ਹਮਲੇ ਕੀਤੇ ਨੇ ਕਰੀਮੇ ਕਰਬਲਾ, ਫੌਜਾਂ ਦੌੜੀਆਂ ਨੇ। ਚੌਥੇ ਹਮਲੇ ਵਾਸਤੇ ਹੱਥ ਆਏ ਜਾਂ ਹੱਥ ਵਿੱਚੋਂ ਆਵਾਜ਼ ਆਈਏ ਹੁਸੈਨ, ਬਾਬੇ ਅਲੀ ਦਾ ਜੋਸ਼ ਵਿਖਾਏ, ਮਾਂ ਦਾ ਸਬਰ ਵਿਖਾ। ਹਾਤਫ ਦੀ ਆਵਾਜ਼ ਸੁਣ ਕੇ ਤਲਵਾਰ ਨਿਆਮ ਵਿੱਚ ਆਈ ਹੈ। ਅਦਾਦਰਾ ਉਹਨੇ ਮਜ਼ਲੂਮ ਕਰਬਲਾ ਤਲਵਾਰ ਨਿਆਮ ਵਿੱਚ ਆਈ ਹੈ। ਸਾਲੇ ਬਿਨ ਵਾ ਮੁਜ਼ਨੀ ਨੇ ਪੁਸ਼ਤ ਵਿੱਚ ਨੇਜ਼ਾ ਮਾਰਾ ਹੈ, ਮੁਰਤਜਿਦ ਨੂੰ ਪਤਾ ਲੱਗ ਗਏ ਦੋਸ਼ ਨਬੀ ਦਾ ਸਵਾਰ ਕਾਬਾ ਕੋ ਸਾਇਨ ਦੀ ਮੰਜ਼ਲ ਤੂੰ ਖਾਕ ਤੇ ਲਾਏ ਬੈਠਾ ਹੈ। ਮਗਰ ਮੁਰਤਜਿਦਾ ਮਾਵੇ ਪਰਵਾਹ ਰੁਕਦਾ ਰੁਕਦਾ ਰੁਕਦਾ, ਸਤਾਰਵੇਂ ਕਦਮ ਤੇ ਜਾ ਰੁਕਾ ਅੱਖ ਜਪਕਣ ਤੂੰ ਪਹਿਲੇ ਵਾਪਸ ਵੱਲੇ, ਇਵੇਂ ਜ਼ਮੀਨ ਤੇ ਗੋਡੀ ਲਾਇਸ ਆਵਾਜ਼ ਦੇ ਕੇ ਆਂਦਾ ਮੌਲੇ ਚੜਿਆ ਵੱਲ ਪਾਸਾ ਲਾਇਆ ਉਸ। ਜਿਹੜੇ ਵੇਲੇ ਮੁਰਤਜਿਦ ਕੀਤਾ ਇਸਰਾਰ ਕਰੀਮ ਕਰਬਲਾ ਦੀ ਆਵਾਜ਼ ਆਈ, ਆਵਾਜ਼ ਦੇ ਕੇ ਆਂਦਨ ਮੈਂ ਲੈ ਬੈਠਾ ਮੈਡੀ ਮੁੱਕ ਗਈ ਏ ਤੂੰ ਵੱਲ ਵੰਜ ਖੈ ਮਗਾ ਤੂੰ ਏ ਪਗ ਤਲਵਾਰ ਅਮਾਨਤ ਹੈ ਵੀ ਵੱਲ ਦੇਵੇ ਆਉਣ ਦੀ ਮਾਂ ਤੂੰ ਜਿਵੇਂ ਮੈਂ ਲੱਥਾ ਇੰਜ ਨਹੀਂ ਦੱਸਣਾ ਮੜੀ ਵਾਦੀ ਕੁਬਰਾ ਕੂੰ ਅੱਖ ਨਾਲ ਮਲਹਾਇਆ ਵਿੱਚ ਬਣਦੇ ਪਿਓ ਸੁਗਰਾ ਕੂੰ ਹਲਾਲਾ।